ਸਭ ਤੋਂ ਵੱਡਾ ਗੁਰੂ ਕੌਣ ਹੈ?
ਸਾਡੀ ਮਾਂ ਜਿਨੇ ਇਹ ਦਰਬਾਰ ਤੱਕ ਪਹੁੰਚਾਇਆ, ਉਹਨੂੰ ਫੜ ਕੇ ਦਿਖਾਇਆ ਕਿ ਇੱਥੇ ਡੂੰਗਾ ਟੋਲਾ ਪੁੱਤ ਇੱਧਰ ਦੀ। ਲੇਕਿਨ ਅੱਜ ਦੇ ਸਮੇਂ ਜੋ ਬੋਲੀ ਸੱਚੇ ਦਰਬਾਰ ਕਹਿਣਾ ਕੀ ਪਾ ਮੈਨੂੰ ਤੇ
ਪਤਾ ਲੱਗਿਆ ਕਿ ਮਾਨੂੰ ਬਹੁਤ ਚਿਰ ਤੋਂ ਦੇਖਦਾ ਹੋਇਆ ਵੀਰੇ ਨੇ ਮੈਨੂੰ ਦੱਸਿਆ ਸੀ ਕਿ ਜਦੋਂ ਜਾਏਗੀ ਤਾਂ ਇੰਨਾ ਚੰਗਾ ਲੱਗਣਾ ਮੁੜ ਕੇ ਨਹੀਂ ਆਉਣ ਦੀ ਕਰਨਾ ਤਾਂ ਮਾਂ ਮੈਂ ਮੁੜ ਕੇ ਜਾਣਾ ਵੀ ਨਹੀਂ ਕਹਿੰਦੇ ਤੁਹਾਨੂੰ ਅਸੀਂ ਕੁਛ ਨਹੀਂ ਦੇਣਾ ਪਿਆਰ ਦੇਣਾਗੇ ਤੇਰੇ ਸਮੁੰਦਰ ਚੋਂ ਬੂੰਦਾਂ ਨਹੀਂ ਚਾਹੀਦੀਆਂ ਉਹੀ ਗੱਲ ਬੂਟਾ ਜੀ ਆਪਾਂ 1 ਲੱਖ ਮੰਗ ਲਾਂਗੇ ਮਾਂ 2 ਮੰਗ ਲਾਂਗੇ 3 ਮੰਗ ਲਾਂਗੇ ਇੱਕ ਵੱਡੀ ਔਕਾਤ ਨਹੀਂ ਸਾਡੀ ਪਰ ਮੈਂ ਕਹਿੰਦੀ ਹੁੰਦੀ ਹਾਂ ਕਿ ਮੈਨੂੰ ਤੇਰੇ ਮੁੰਦਰ ਚੋਂ ਸਮੁੰਦਰ ਦੇ ਵਿੱਚੋਂ ਬੂੰਦਾਂ ਨਹੀਂ ਚਾਹੀਦੀਆਂ ਮੈਂ ਤੇਰੇ ਸਮੁੰਦਰ ਦੇ ਵਿੱਚ ਰਹਿਣਾ ਚਾਹੁੰਦੀ ਹਾਂ ਬੋਲੀਏ ਸੱਚੇ ਦਰਬਾਰ ਜਿਹਨੇ ਜਿਹਨੇ ਸਮੁੰਦਰ ਦੇ ਵਿੱਚ ਰਹਿਣਾ ਵੈਸੇ ਤੁਸੀਂ ਸਾਰੇ ਰਹਿੰਦੇ ਹੋ ਕਰਮਾਂ ਵਾਲੇ ਹੋ ਪਰ ਮਾਂ ਤੇਰੇ ਸਮੁੰਦਰ ਦੇ ਵਿੱਚ ਰਹਿਣਾ ਆ ਥੋੜੀ ਜਿਹੀ ਬੂੰਦਾਂ ਲੈ ਕੇ ਪਾਸੇ ਨਹੀਂ ਹੋਣਾ ਬੋਲੀਏ ਸੱਚੇ ਦਰਬਾਰ ਆਓ ਜੀ
ਸਾਡੇ ਸਾਰੇ ਵਿਭੀਸ਼ਣ ਸਾਹਿਬਾਨ ਦੇ ਲਈ ਔਰ ਮੈਨੂੰ ਲੱਗਦਾ ਇਸ਼ਾਰਾ ਜਦੋਂ ਹੋਵੇ ਤਾਂ ਉਸ ਤੋਂ ਪਹਿਲਾਂ ਸਮਝ ਲੈਣਾ ਚਾਹੀਦਾ। ਬੰਧੂਓ, ਅਗਰ ਅਭੀ ਤੱਕ ਆਪਨੇ ਹਮਾਰੇ ਚੈਨਲ ਭਕਤੀ ਰਸ ਲਾਈਵ ਕੋ ਸਬਸਕ੍ਰਾਈਬ ਨਹੀਂ ਕੀਆ ਤੋ ਕਿਰਪਿਆ ਸਰਪ੍ਰਥਮ ਆਪ ਹਮਾਰੇ ਚੈਨਲ ਕੋ ਸਬਸਕ੍ਰਾਈਬ ਕੀਜੀਏ, ਕਿਉਂਕਿ ਇਸ ਚੈਨਲ ਕੇ ਮਾਧਿਅਮ ਸੇ ਆਪ ਅਧਿਆਤਮ ਸੇ ਜੁੜਤੇ ਹੈ, ਆਪ ਭਗਵਾਨ ਸੇ ਜੁੜਤੇ ਹੈ, ਨਏ ਨਏ ਭਜਨ ਇਸ ਚੈਨਲ ਕੇ ਮਾਧਿਅਮ ਸੇ ਆਪ ਸ਼੍ਰਵਣ ਕਰਤੇ ਹੈ ਔਰ ਮਾਤਾ ਰਾਣੀ ਕੇ ਜਾਗਰਣ ਇਸ ਚੈਨਲ ਕੇ ਮਾਧਿਅਮ ਸੇ ਆਪ ਘਰ ਬੈਠੇ ਦੇਖਤੇ ਹੈ ਔਰ ਬਹੁਤ ਸੇ ਗਿਆਨ ਕੇ ਭੰਡਾਰ ਇਸ ਚੈਨਲ ਕੇ ਮਾਧਿਅਮ ਸੇ ਆਪਕੋ ਪ੍ਰਾਪਤ ਹੋਤੇ ਹੈ ਤੋ ਕਿਰਪਿਆ ਇਸ ਚੈਨਲ ਕੋ ਸਬਸਕ੍ਰਾਈਬ ਕਰੇ, ਬੈਲ ਕਾ ਚਿੰਨ੍ਹ ਦਬਾਏ ਤਾਂ ਕਿ ਹਮਾਰੇ ਦੁਆਰਾ ਦੀ ਗਈ ਪ੍ਰਤੇਕ ਜਾਣਕਾਰੀ ਆਪ ਤੱਕ ਸਹਿਜਤਾ ਸੇ ਪ੍ਰਾਪਤ ਹੋ ਸਕੇ। ਜੈ ਸ਼੍ਰੀ ਕ੍ਰਿਸ਼ਨਾ, ਜੈ ਸ਼੍ਰੀ ਰਾਧੇ, ਜੈ ਸ਼੍ਰੀ ਕ੍ਰਿਸ਼ਨਾ, ਜੈ ਸ਼੍ਰੀ ਰਾਧੇ।